ਜ਼ਿਲ੍ਹਾ ਤਰਨ ਤਾਰਨ ਵਿੱਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਮਰ ਕੱਸਦੇ ਹੋਏ ਮਾੜੇ ਅੰਸਰਾਂ 'ਤੇ ਨੱਥ ਪਾਉਣ ਲਈ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਗੈਂਗਸਟਰਾਂ ਅਤੇ ਦੂਸਰੇ ਮਾੜੇ ਅੰਸਰਾਂ ਵੱਲੋਂ ਵੱਖ ਵੱਖ ਵਪਾਰੀਆਂ ਨੂੰ ਫਰੋਤੀ ਦੀਆਂ ਧਮਕੀਆਂ ਦਿੰਦੇ ਹੋਏ ਉਹਨਾਂ ਦੇ ਕਾਰੋਬਾਰਾਂ ਉੱਪਰ ਔਰ ਦੁਕਾਨਾਂ ਉੱਪਰ ਫਾਇਰਿੰਗ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦਾ ਇੱਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਥਾਣਾ ਸਿਟੀ ਤਰਨ ਤਾਰਨ ਤੋਂ ਕਰੀਬ 200 ਗਜ਼ ਦੂਰੀ 'ਤੇ ਮੌਜੂਦ ਤਹਿਸੀਲ ਬਾਜ਼ਾਰ ਵਿੱਚ ਮੌਜੂਦ ਸ਼ਿਵ ਜਿਊਲਰਸ ਨਾਮਕ ਦੁਕਾਨ ਹੈ ਜਿੱਥੇ ਜਿਸ ਦੇ ਮਾਲਕ ਨੂੰ ਬੀਤੇ ਕੱਲ੍ਹ ਗੈਂਗਸਟਰ ਸਤਨਾਮ ਸੱਤਾ ਵੱਲੋਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਤੜਕਸਾਰ ਕਰੀਬ 24 ਘੰਟੇ ਬਾਅਦ ਉਸਦੀ ਦੁਕਾਨ ਦੇ ਉੱਪਰ ਫਾਇਰਿੰਗ ਕਰਦੇ ਹੋਏ ਉਸਨੂੰ ਡਰਾਇਆ ਧਮਕਾਇਆ ਗਿਆ ਹੈ। ਔਰ ਇਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਕਾਫੀ ਸਹਿਮ ਭਰੇ ਮਾਹੌਲ ਵਿੱਚ ਹੈ। ਜਦੋਂ ਅੱਜ ਉਸਨੇ ਆ ਕੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਉਸਦੀ ਦੁਕਾਨ ਦੇ ਬਾਹਰ ਗੋਲੀਆਂ ਲੱਗਣ ਦੇ ਨਾਲ ਸਾਰਾ ਸ਼ੀਸ਼ਾ ਟੁੱਟ ਚੁੱਕਾ ਸੀ, ਸ਼ਟਰ ਦੇ ਆਰ ਪਾਰ ਗੋਲੀਆਂ ਹੋ ਚੁੱਕੀਆਂ ਸਨ ਔਰ ਦੁਕਾਨਦਾਰ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਉਸਨੂੰ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਤੁਸੀਂ ਵੇਖ ਸਕਦੇ ਜੇ ਭਰਿਆ ਬਾਜ਼ਾਰ ਹੈ ਔਰ ਤਹਿਸੀਲ ਬਾਜ਼ਾਰ ਇਸਦਾ ਨਾਮ ਹੈ। ਇਸ ਵਿੱਚ ਦੁਕਾਨ ਮਾਲਕ ਹਰਦੀਪ ਸਿੰਘ ਪਰਮਿੰਦਰ ਸਿੰਘ ਲਾਲਪੁਰੀਆਂ ਦੀ ਹੱਟੀ ਜਿਹੜੀ ਕਹੀ ਜਾਂਦੀ ਹੈ, ਇਸ ਦੇ ਮਾਲਕ ਪਾਸੋਂ ਕਰੀਬ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਇਸ ਸੰਬੰਧੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ, ਪਰੰਤੂ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਪਣੀ ਸ਼ਿਵ ਜਿਊਲਰ ਦੇ ਨਾਂ ਦੀ ਦੁਕਾਨ ਹੈ ਅਤੇ ਕੱਲ੍ਹ ਤੁਹਾਨੂੰ ਫੋਨ ਆਇਆ ਸੀ 1:30 ਵਜੇ ਨਾਲ ਅਤੇ ਮੁੜ ਕੇ ਅਸੀਂ ਇੱਥੇ ਦਰਖਾਸਤ ਲਗਾ ਦਿੱਤੀ ਹੈ ਅਤੇ ਮੁੜ ਕੇ ਮੁਨਸ਼ੀ ਸਾਹਿਬ ਦੇ ਸਾਹਮਣੇ ਵੀ ਫਿਰ ਫੋਨ ਆਇਆ ਉਹਨਾਂ ਦਾ ਅਤੇ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ ਅਤੇ ਫਿਰ ਸਵੇਰੇ ਆਣ ਕੇ ਜਦੋਂ 9:30 ਦੁਕਾਨ ਖੋਲ੍ਹਣ ਲੱਗੇ ਅਤੇ ਗੋਲੀਆਂ ਦੇ ਨਿਸ਼ਾਨ 'ਤੇ ਲੈਣ ਲੱਗੇ ਪਏ। ਕਿਹਦਾ ਫੋਨ ਆਇਆ ਭਾਅ ਜੀ? ਉਹਨਾਂ ਦਾ ਕੋਈ ਨਵਾਂ ਸੱਤੇ ਕਹਿੰਦਾ ਛੱਤਾਂ ਮੰਡੇਰੇ ਤੋਂ ਬੋਲਣ ਡਿਆ ਅਤੇ ਲੰਡਾ ਮੇਰਾ ਭਰਾ ਵਾ। ਫਰੋਤੀ 50 ਲੱਖ ਰੁਪਈਆ ਕਹਿੰਦਾ ਦੇ। ਧਮਕੀ ਗਾਲਾਂ ਗੁਲਾਂ ਕੱਢਦਾ ਰਿਹਾ, ਬਹੁਤ ਗੰਦੀਆਂ ਮੰਦੀਆਂ ਗਾਲਾਂ ਕੱਢਦਾ ਰਿਹਾ। ਦੁਕਾਨ ਦਾ ਨੁਕਸਾਨ ਉਹ ਸ਼ੀਸ਼ੇ ਦਾ ਹੋਇਆ ਵਾ ਜਿਹੜਾ ਹੋਇਆ, ਟੁੱਟ ਭੱਜੀ ਹੋਈ ਆ, ਹੋਰ ਕੋਈ ਨੁਕਸਾਨ ਨਹੀਂ। ਲਗਾਤਾਰ ਵਪਾਰੀਆਂ ਨੂੰ ਰੋਜ਼ ਮਹੀਨੇ ਤੱਕ 5-7 ਇਹੋ ਕੰਮ ਹੋ ਗਏ ਆ ਅਤੇ ਕੋਈ ਸੁਣਵਾਈ ਤਾਂ ਕੋਈ ਹੈਗੀ ਨਹੀਂ। ਸਾਥ ਦਿੱਤਾ ਜਾਵੇ ਨਾਲ ਸਾਡਾ, ਇਹਨਾਂ ਦੀ ਭਾਲ ਕੀਤੀ ਜਾਵੇ, ਇਹਨਾਂ ਨੂੰ ਅੰਦਰ ਡੱਕਿਆ ਜਾਵੇ। ਇਹ ਪਰਮਿੰਦਰ ਸਿੰਘ ਆ, ਇਹਨਾਂ ਦਾ ਹਰਦੀਪ ਸਿੰਘ ਦਾ ਬੇਟਾ ਪਰਮਿੰਦਰ ਸਿੰਘ ਜਿਹੜਾ ਮਿੰਟੂ, ਇਹਨੂੰ ਕਿਤੇ ਕਾਲ ਆਈ ਸੀ ਵੀ ਸਾਨੂੰ ਕੋਈ ਫਰੋਤੀ ਦੀ ਆਈ। ਇਹ ਰਾਤ ਅੱਜ ਸਵੇਰੇ ਤੜਕੇ 4:40 ਦੇ ਲਾਗੇ ਜਾ ਕੇ ਇਹਦੇ ਸ਼ਟਰ 'ਤੇ ਦੁਕਾਨ 'ਤੇ ਆਣ ਕੇ ਤਹਿਸੀਲ ਬਾਜ਼ਾਰ 'ਚ ਇਹਦੇ ਦੁਕਾਨ 'ਤੇ ਨਾ ਗੋਲੀ ਮਾਰ ਗਏ ਨੇ। ਉਹ ਤਾਂ CCTV ਕੈਮਰੇ ਵੇਖ ਰਹੇ, ਖੰਘਾ ਰਹੇ ਅਤੇ ਡੈਮ ਵਿੱਚ ਗਏ ਆ, ਫਿਰ ਜੋ ਵੀ ਆਉਂਦੀ ਇਹਦੇ ਸਾਹਮਣੇ 2-7 ਇਹਦਾ ਮੁਕਦਮਾ ਦਰਜ ਕੀਤਾ ਜਾ ਰਿਹਾ। ਉਹਦੇ ਸ਼ਟਰ ਚ ਮਾਰ ਕੇ ਗਏ ਨੇ। ਫਰੋਤੀ ਨੰਬਰ ਉਹਦਾ ਨਾਂ ਨੀ ਦੱਸਿਆ, ਉਹਦੀ ਇੱਕ ਮੈਨੂੰ ਸਾਨੂੰ ਇੱਕ ਆਈ ਵੀ ਉਹ ਸੱਤਾ ਜਿਹੜਾ ਵਾ ਸੱਤੇ ਨਾਂ ਦਾ ਕੋਈ ਮੰਗਦਾ ਵਾ ਉਹ ਫਰੋਤੀ ਮੰਗਦਾ।